गुरु रू प्यारी सात संगत जी वाहगुरु जी का खालसा वाहगुरू जी की फतेह भाई साहब भाई वीर सिंह जी ने एक थाई यह दर्शाया है कि जेड़ी नाम की पूंजी लैके उसमें सिमर दे नहीं असली कंगाल उ दूसरी गल य दर्शाई है कि जो नाम सिमरन कर मन निर्मल हो जाए तो फिर सब कुछ मैला पासता है क्योंकि नाम अत निर्मल है उस अत निर्मल के मुकाबले ਸਾਨੂੰ ਸੂਰਜ ਤੇ ਚੰਦ ਵੀ ਮੈਲਾ ਪਾਸਦਾ ਹੈ ਤੀਸਰੀ ਗੱਲ ਇਹ ਦਰਸਾਈ ਹੈ ਕਿ ਕਾਮ ਕਰੋ ਲੋ ਮਹੰਕਾਰ ਨੂੰ ਅਸਾਂ ਮਾਰਨਾ ਨਹੀਂ ਆਪਣੀ ਅਧੀਨ ਕਰਨਾ ਹੈ ਤੇ ਇਹਨਾਂ ਤੋਂ ਕੰਮ ਲੈਣਾ ਹੈ ਉਹ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਇੱਕ ਬਾਪ ਆਪਣੀ ਚੋਖੀ ਜਾਇਦਾਦ ਆਪਣੇ ਤਿੰਨਾਂ ਲੜਕਿਆਂ ਵਿੱਚ ਇੱਕਸਾਰ ਵੰਡ ਕੇ ਮਰ ਗਿਆ ਇੱਕ ਨੇ ਤਾਂ ਸਾਰਾ ਰੁਪਇਆ ਜੋ ਮਿਲਿਆ ਸੀ ਗਵਾ ਦਿੱਤਾ ਦੂਸਰੇ ਨੇ ਧਰਤੀ ਵਿੱਚ ਦਬ ਛੱਡਿਆ ਤੇ ਤੀਸਰੇ ਨੇ ਵਪਾਰ ਕਰਕੇ ਨਫਾ ਖਟਿਆ ਤੇ ਬੜਾ ਤਾਨੀ ਬਣ ਗਿਆ ਅਸਾਂ ਵੀ ਨਾਮ ਦੀ ਪੂੰਜੀ ਲੈ ਕੇ ਇਸ ਨੂੰ ਸਿਮਰ-ਸਿਮਰ ਕੇ ਨਾਮ ਧਨ ਜਮਾ ਕਰਨਾ ਹੈ ਇਸ ਦੀ ਅੱਗੇ ਜ਼ਰੂਰਤ ਪਵੇਗੀ ਜਿਹੜੇ ਨਹੀਂ ਸਿਮਰਦੇ ਜਾਂ ਛੱਡ ਬੈਂਦੇ ਹਨ ਉਹ ਰਾਸ ਗਵਾ ਬੈਂਦੇ ਹਨ ਜਾਂ ਦੱਬੀ ਰੱਖਦੇ ਹਨ ਅਸਲ ਕੰਗਾਲ ਉਹ ਹਨ ਇੱਥੇ ਵੀ ਤੇ ਅੱਗੇ ਹਾਂਜੀ ਫਿਰ ਦੁਰਾ ਦੇ ਕਿ ਅਸਾਂ ਵੀ ਨਾਮ ਦੀ ਪੂੰਜੀ ਲੈ ਕੇ ਇਸ ਨੂੰ ਸਿਮਰ-ਸਿਮਰ ਕੇ ਨਾਮ ਧਨ ਜਮਾ ਕਰਨਾ ਹੈ ਇਸ ਦੀ ਅੱਗੇ ਜ਼ਰੂਰਤ ਪਵੇਗੀ ਜਿਹੜੇ ਨਹੀਂ ਸਿਮਰਦੇ ਜਾਂ ਛੱਡ ਬੈਂਦੇ ਹਨ ਉਹ ਰਾਸ ਗਵਾਹ ਬੈਂਦੇ ਹਨ ਜਾਂ ਦੱਬੀ ਰੱਖਦੇ ਹਨ ਅਸਲ ਕੰਗਾਲ ਉਹ ਹਨ ਇੱਥੇ ਵੀ ਤੇ ਅੱਗੇ ਵੀ ਸਤਿਗੁਰੂ ਜੀ ਕਹਿੰਦੇ ਹਨ ਚੰਦ ਵੀ ਮੈਲਾ ਹੈ ਸੂਰਜ ਵੀ ਮੈਲਾ ਹੈ ਇਸ ਤਰ੍ਹਾਂ ਨਾਮ ਸਿਮਰਨ ਕਰਕੇ ਤੁਸੀਂ ਜਦ ਆਪ ਨਿਰਮਲ ਹੋ ਜਾਓਗੇ ਤਾਂ ਸਾਨੂੰ ਹਰ ਚੀਜ਼ ਮੈਲੀ ਪਾਸੀਗੀ ਹਾਂਜੀ ਫਿਰ ਦੁਹਰਾ ਦਈਏ ਕਿ ਸਤਿਗੁਰੂ ਜੀ ਕਹਿੰਦੇ ਹਨ ਚੰਦ ਵੀ ਮੈਲਾ ਹੈ ਸੂਰਜ ਵੀ ਮੈਲਾ ਹੈ ਇਸ ਤਰ੍ਹਾਂ ਨਾਮ ਸਿਮਰਨ ਕਰਕੇ ਤੁਸੀਂ ਜਦ ਆਪ ਨਿਰਮਲ ਹੋ ਜਾਓਗੇ ਤਾਂ ਸਾਨੂੰ ਹਰ ਚੀਜ਼ ਮੈਲੀ ਪਾਸੀਗੀ ਪੰਜੇ ਵਿਕਾਰਾਂ ਯਾਨੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਅਸਾਂ ਮਾਰਨਾ ਨੇ ਸਬਲੀਮੇਟ ਯਾਨੀ ਮੁਤੀ ਹੀ ਯਾਨੀ ਅਧੀਨ ਕਰਨਾ ਹੈ ਇਹ ਮਹਾਬਲੀ ਹਨ ਅਸਾਂ ਇਹਨਾਂ ਨੂੰ ਵਸ ਵਿੱਚ ਕਰਕੇ ਇਹਨਾਂ ਤੋਂ ਕੰਮ ਲੈਣਾ ਹੈ ਹਾਂਜੀ ਫਿਰ ਦੁਹਰਾ ਦਈ ਕਿ ਪੰਜੇ ਵਿਕਾਰਾਂ ਕਾਮ ਕ੍ਰੋਧ ਲੋ ਮੋਹ ਹੰਕਾਰ ਨੂੰ ਅਸਾਂ ਮਾਰਨਾ ਨਹੀਂ ਅਧੀਨ ਕਰਨਾ ਹੈ ਇਹ ਮਹਾਬਲੀ ਹਨ ਅਸਾਂ ਇਹਨਾਂ ਨੂੰ ਵਸ ਵਿੱਚ ਕਰਕੇ ਇਹਨਾਂ ਤੋਂ ਕੰਮ ਲੈਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ